ਉਹ ਵਿੱਚ ਤਾਂ ਏਡਾ ਬੁਰਾ ਹਾਲ ਹੈ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਦਾ, ਜਿੱਦਾਂ ਭੈਣ ਚੋਦੀਆਂ ਭੇਡਾਂ ਦੇ ਫੁੱਦੇ ਨੂੰ ਏਡੇ ਏਡੇ ਉਹ ਹਾਲ ਹੈ ਮੁਸਲਮਾਨ ਕੁੜੀਆਂ ਦੇ ਫੁੱਦੇ ਦਾ, ਤੁਹਾਡੀ ਭੈਣ ਦੇ ਫੁੱਦੇ ਮਿੱਟੀ ਹੋ ਚੁੱਕੇ ਆ, ਮੇਰੀ ਭੈਣ ਦੇ ਫੁੱਦੇ ਤੋਂ ਜਿੰਨੇ ਪੈਸੇ ਬਣੇ ਸੀ ਸਾਰੇ ਜਰਦਾਰੀ ਨਵਾਜ਼ ਸ਼ਰੀਫ ਨੇ ਖਾ ਲਏ, ਉਧਰੋਂ ਹਮਲੇ ਬੋਲੇ ਜਿਹੜੀ ਮਾਂ ਦੇ ਫੁੱਦੇ ਚ ਕਰਦਾ ਸੀ ਅਟਲ ਬਿਹਾਰੀ ਵਾਜਪੇਈ ਤਾਂ ਲੈ ਲਿਆ, ਉਹ ਵੀ ਭੈਣ ਦਾ ਲੋੜਾ ਆਪਣੀ ਭੈਣ ਦਾ ਫੁੱਦਾ ਪੜਵਾਉਂਦਾ ਸਿੱਧਾ ਅਮਰੀਕਾ ਤੋਂ, ਕੁੜੀ ਜੋਧਾ ਕਲ ਏਰੀਆ ਤੋਂ, ਇਧਰੋਂ ਇਜ਼ਰਾਇਲ ਦੇ ਬੰਦੇ ਤੇ ਇੰਡੀਅਨ ਬੰਦੇ ਮਿਲ ਕੇ ਆਉਂਦੇ ਨੇ ਤੇ ਪਾਕਿਸਤਾਨ ਮਦਰਸਿਆਂ ਚ ਨਮਾਜ਼ ਪੜ੍ਹਦੇ, ਤੁਹਾਡੀ ਭੈਣਾਂ ਦੇ ਫੁੱਦੇ ਚ ਲੰਘ ਪਾ ਪਾ ਕੇ ਉਹਨਾਂ ਦੇ ਬੰਮੇ ਪੜ੍ਹਦੇ ਨੇ, ਤੇ ਤੁਹਾਡੀਆਂ ਭੈਣਾਂ ਕਹਿੰਦੀਆਂ ਨੇ ਅੱਲਾ ਗੁੱਲਾ ਪਾਕਿਸਤਾਨ ਦੀ ਗਾਂਢ ਚ ਲੁੱਲਾ, ਦੇਖ ਲਓ ਭੈਣ ਚੋਦੋ ਇਸਲਾਮ ਦੀ ਗਾਂਢ ਪੱਟੀ ਪਈ ਆ, ਤੁਸੀਂ ਸੋਚਦੇ ਹੋ ਪਾਕਿਸਤਾਨ ਦੀ ਪਤਾ ਨੀ ਕੀ ਆ ਹਾਲ, ਪਾਕਿਸਤਾਨ ਦਾ ਇੰਨਾ ਮਾੜਾ ਹਾਲ ਤਾਂ ਉਦੋਂ ਮੱਕੇ ਮਦੀਨੇ ਚ ਨੀ ਹੋਇਆ ਜਦੋਂ ਸ਼ੈਤਾਨ ਨੇ ਨਵੀਂ ਦੀ ਮੁੰਡ ਮਾਰੀ ਸੀ, ਭੈਣ ਦੇ ਲੋੜੇ ਬੰਦੇ ਬਣ ਜਾਓ ਇਸਲਾਮ ਤੇ ਨਾਮ ਤੇ, ਜਿਹੜੀ ਭੈਣ ਚੋਦੀ ਜਾ ਰਹੀ ਹੈ ਨਾ ਪਾਕਿਸਤਾਨੀ ਮਦਰਸਿਆਂ ਚ ਮੱਠ ਮਾਰਾਂ ਨੇ ਕੰਪਟੀਸ਼ਨ ਕਰਾਏ ਜਾਂਦੇ ਨੇ, ਲਾਲ ਮਾਝੇ ਚ ਬਾਜੀ ਰਫੀਰ ਨੇ ਜਦੋਂ ਪ੍ਰੋਗਰਾਮ ਕਰਾਇਆ ਤੇ ਮੁਸ਼ਰਫ ਨੂੰ ਪੈਸੇ ਨਹੀਂ ਦਿੱਤੇ, ਪਰਵੇਜ ਮੁਸ਼ਰਫ ਭੈਣ ਦਾ ਲੋੜਾ ਪਾਕਿਸਤਾਨ ਦੇ ਨੰਬਰ ਵਨ ਦੱਲਾ ਸਾਲਾ ਇੰਗਲੈਂਡ ਚ ਬੈਠਾ, ਉੱਥੇ ਭੈਣ ਚੋਦਾ ਆਪਣੀ ਭੈਣਾਂ ਦੇ ਪੁੱਦਿਆਂ ਦੇ ਚਮੜ ਇਕੱਠੀਆਂ ਕਰਦਾ, ਇੱਥੇ ਸਾਡੀ ਭੈਣਾਂ ਪੁੱਦਾ ਪੜਵਾ ਪੜਵਾ ਕੇ ਭੈਣ ਚੋ ਜਿਹੜੀਆਂ ਨਾ ਕੁਛ ਕਰਦੀਆਂ ਨੇ ਜਿਹਾਲ ਆਪਣੀ ਭੈਣਾਂ ਦੇ ਪੁੱਦੇ ਬਰਬਾਦ ਕਰਦੀਆਂ ਨੇ, ਸਾਨੂੰ ਕੀ ਮਿਲਣਾ ਲੰਨ ਬਾਬੇ ਦਾ, ਮੇਰੀ ਜਗ੍ਹਾ ਜਗ੍ਹਾ ਤੇ ਮੁੱਢ ਮਰੀ ਜਾਂਦੀ ਆ, ਪਾਕਿਸਤਾਨੀ ਮਦਰਸਿਆਂ ਤੇ ਮੁੱਠ ਮਰਨ ਦੇ ਕੰਪਟੀਸ਼ਨ ਕਰਾਏ ਜਾਂਦੇ ਨੇ, ਤੇ ਉੱਥੇ ਇੰਡੀਅਨ ਆਰਮੀ ਦੇ ਬੰਦੇ ਆ ਗਏ ਕਸ਼ਮੀਰ ਚੋਂ, ਸਾਡੀ ਭੈਣਾਂ ਚੋਦੇ ਨੇ ਨਾਲੇ ਭੰਗੜੇ ਪਾਉਂਦੇ ਨੇ, ਇਹਦਾ ਹਾਲ ਆ ਮੁੱਲਿਆਂ ਦਾ।